ਕੋਈ ਆਏ ਨਹੀਂ ਹੁੰਦੀ ਗੱਲਬਾਤ, ਪਰ ਜਦੋਂ ਕਿਸੇ ਦੀ ਸਿਫਤ ਕਰਨੀ ਹੁੰਦੀ ਆ ਤਾਂ ਉੱਥੇ ਹੱਥ ਘੁੱਟ ਲਿਆ ਜਾਂਦਾ, ਉੱਥੇ ਨਾ ਚੁੱਪ ਹੋ ਜਾਂਦੇ ਆ। ਫੋਰ ਐਗਜ਼ਾਮਪਲ ਯਾਰ, ਮੈਨੂੰ ਅੰਮ੍ਰਿਤ ਦੇ ਗਾਣੇ ਘੈਂਟ ਲੱਗਦੇ, ਬਾਕੀ ਬਹੁਤ ਘੈਂਟ ਨੇ, ਹੈ ਨਾ, ਮੈਨੂੰ ਜਾਣੀ ਕਿ ਮੈਨੂੰ ਮੇਰੇ ਗਾਣੇ ਤਾਂ ਘੈਂਟ ਲੱਗਦੇ ਹੀ ਲੱਗਦੇ ਨੇ, ਮੈਨੂੰ ਐਂ ਲੱਗਦਾ ਹੁੰਦਾ ਕਿ ਮੈਨੂੰ ਜੈਕਾ ਆ ਜਾਂਦਾ ਅੰਮ੍ਰਿਤ ਦੇ ਗਾਣੇ ਸੁਣ ਕੇ, ਵੀ ਇੱਕ ਸਵਾਦ ਹੀ ਆਉਂਦਾ, ਮਜ਼ਾ ਜਿਹਾ ਆ ਗਿਆ। ਹਾਂ ਹਾਂ, ਜਾਂ ਫਿਰ ਯਾਰ ਜਿਵੇਂ ਫੋਰ ਐਗਜ਼ਾਮਪਲ ਉਹਦੀ ਲਾਈਨ ਸੀ ਇੱਕ ਕਰਨ ਔਜਲੇ ਦੀ, ਕਰਨੇ ਬਾਈ ਪਹਿਲਾਂ ਤਾਂ ਥੈਂਕ ਯੂ ਤੇਰਾ ਭਰਾ, ਤਾਂ ਇੰਟਰਵਿਊ 'ਚ ਮੇਰਾ ਨਾਂ ਰਿਹਾ ਸੀ, ਅਤੇ ਮੈਂ ਅਕਿਰਤ ਘਰ ਨਹੀਂ ਹੈਗਾ ਵੀਰੇ, ਅਮਾਨਤ ਅਦਾ ਕਰਾਂਗੇ। ਅਤੇ ਉਹਨੇ ਇੱਕ ਲਾਈਨ ਲਿਖੀ ਹੈ ਕਰਨ ਔਜਲੇ ਦੀ, ਕਹਿੰਦਾ ਕੰਪਨੀ ਮੈਟਰ ਕਰਦੀ ਆ, ਬੰਦਾ ਮੈਟਰ ਕਰਦਾ ਹੈਗਾ। ਜਵਾਬ ਦੇ ਰਿਹਾ ਬਾਠਾਂ ਵਾਲਾ ਬਾਠ, ਵੀ ਮੈਨੂੰ ਸਭ ਤੇ ਮੇਰੇ ਹਿਸਾਬ ਨਾਲ ਪੰਜਾਬ ਦਾ ਸਭ ਤੇ ਘੈਂਟ ਰਾਈਟਰ ਹੈਗਾ ਹਰਮਨਜੀਤ, ਹਰਮਨਜੀਤ ਜੀ ਰਾਣੀ ਤੱਤ ਵਾਲਾ। ਓਹ ਵਾਕਈ ਬਹੁਤ ਘੈਂਟ, ਇਹ ਗੱਲ ਬਾਠ ਕਹਿ ਰਿਹਾ, ਮੈਨੂੰ ਯਾਰ ਲੱਗਦਾ ਵੀ ਪੰਜਾਬ ਚ ਹੈ ਨੀ ਉਹਦੇ ਮੁਕਾਬਲੇ ਦਾ ਯਾਰ, ਨਹੀਂ ਕੋਈ ਲਿਖ ਸਕਦਾ। ਉਸ ਕੁੜੀਆਂ ਕੇਸ ਵਾਉਂਦੀਆਂ ਨੇ ਯਾਰ, ਖਤਮ ਹੀ ਕਰਤੀ ਬੰਦੇ ਨੇ ਗੱਲ, ਮਤਲਬ ਕਿ ਯਾਰ ਜਦੋਂ ਵੀ ਮੈਂ ਆਪਣੇ ਮੇਰੇ ਦੋ ਬੱਚੇ ਨੇ, ਇੱਕ ਗੁਰਵਾਟ ਇੱਕ ਗੁੜੀਆ ਸਿਫਤ, ਜਦੋਂ ਵੀ ਮੈਂ ਆਪਣੀ ਗੁੜੀਆਂ ਨਾਲ ਟਾਈਮ ਸਪੈਂਡ ਕਰਨਾ, ਹੈ ਨਾ, ਮੈਂ ਉਹ ਗਾਣਾ ਜ਼ਰੂਰ ਸੁਣਦਾ। ਓਕੇ, ਹੁਣ ਦੇਖੋ ਮੈਂ ਇਨਸਾਨ ਵੀ ਹਾਂ ਯਾਰ, ਮੈਂ ਨਰਿੰਦਰ ਸਿੰਘ ਸਾਨੋ ਬਹਾਦਰ ਸਿੰਘ ਵੀ ਹਾਂ, ਮੇਰੀ ਵੀ ਆਈਡੈਂਟੀ ਇੱਕ ਯਾਰ, ਮੈਂ ਇਨਸਾਨ ਹਾਂ। ਹੁਣ ਮੈਨੂੰ ਪਰਸਨਲੀ ਜਿਹੜਾ ਗਾਣਾ ਗਾਣੇ ਲੱਗਦੇ ਨੇ ਵਧੀਆ, ਮੈਨੂੰ ਲੱਗਦੇ ਨੇ ਅੰਮ੍ਰਿਤ ਦੇ ਘੈਂਟ, ਵੀਰੇ ਬਹੁਤ ਵਾਕਈ ਜੇ ਬਹੁਤ ਘੈਂਟ ਗਾਣੇ। ਪਹਿਲੀ ਗੱਲ ਤਾਂ ਉਹਦੇ ਗਾਣੇ ਬਹੁਤ ਘੈਂਟ, ਉੱਤੋਂ ਯਾਰ ਬੰਦਾ ਬਾਹਲਾ ਘੈਂਟ ਆ, ਉਹਦੀ ਕਮੇਡੀ ਬਹੁਤ ਟੋਪ ਦੀ, ਉਹਦੀ ਸੰਗਤ ਬਹੁਤ ਮੈਨੂੰ ਪੋਜ਼ਿਟਿਵਿਟੀ ਦਿੰਦੀ, ਅਸੀਂ ਬਹੁਤ ਗਾਣੇ ਇਕੱਠੇ ਲਿਖਦੇ ਹਾਂ ਬੈਠ ਕੇ, ਹੈ ਨਾ, ਮਤਲਬ ਇੱਕ ਦੂਜੇ ਨੂੰ ਅਸੀਂ, ਉਹ ਕਈ ਵਾਰ ਮੈਨੂੰ ਕਹਿਣ ਦਾ ਬਾਈ ਆ ਲੈਣ ਚੱਕੋ ਤੁਸੀਂ ਪਾ ਲਓ, ਮੈਂ ਜੀ ਕੋਈ ਮੇਰੇ ਦਿਮਾਗ 'ਚ ਆਉਂਦੀ, ਮੈਂ ਕਹਿੰਦਾ ਬਾਈ ਚੱਕ ਘੈਂਟ ਘੈਂਟ ਜੱਟ ਆ। ਤੇ ਵੀਰੇ ਪਹਿਲੀ ਵਾਰ ਹੈ ਕਿ ਹਾਂ ਦੋ ਰਾਈਟਰ ਇਕੱਠੇ ਹੋ ਕੇ ਐਵੇਂ ਲਾਈਨ, ਜਿਵੇਂ ਹੁਣ ਤੁਸੀਂ ਦੱਸੀ, ਇਹ ਚੀਜ਼ ਬਹੁਤ ਘੱਟ ਹੁੰਦੀ ਹੈ, ਪਰ ਵੀਰਾ ਜਿਵੇਂ ਬਹੁਤ ਪੋਜ਼ਿਟਿਵ ਹੈ ਜਾਂ ਤੁਸੀਂ ਬਹੁਤ ਪੋਜ਼ਿਟਿਵ ਹੋ, ਸ਼ਾਇਦ ਤਾਂ ਰਲ ਜਾਂਦੀ ਇਹ ਗੱਲ, ਹਾਂ, ਤੇ ਤਾਂ ਸ਼ਾਇਦ ਵਧੀਆ ਲੱਗਦੀ ਆ ਵੀ ਹਾਂ। ਜਿਵੇਂ ਹੋਰ ਅਮਾਨਤ ਅਦਾ ਕਰਨੀ ਯਾਰ, ਜਾਨੀ ਜਾਨੀ ਮੈਂ ਡੁਬਈ ਗਿਆ, ਉੱਥੇ ਜਾ ਕੇ ਮੈਂ ਚਲ ਪੁੱਛਣ ਲੱਗ ਗਿਆ, ਤੁਸੀਂ ਬਾਠ ਦਾ ਨਾਂ ਸੁਣਿਆ ਹੈ, ਉਹਨਾਂ ਨੇ ਬਾਲਣਾ ਸੀ ਸੁਣਿਆ ਹੈ, ਤੇ ਉੱਥੇ ਯਾਰ ਗੱਡੀ ਦੇ ਵਿੱਚ ਜਾਨੀ ਦੇ ਗਾਣੇ ਚੱਲਣਾ ਡੁਬਈ 'ਚ, ਡੁਬਈ ਅੱਛਾ ਜੀ, ਉਹਦੇ 'ਚ ਉਹਨੇ ਇੱਕ ਲਾਈਨ ਕਹੀ ਆ ਬੰਦੇ ਨੇ, ਉਹਦਾ ਗਾਣਾ ਸੀਗਾ ਸੁਨੰਦਾ ਸ਼ਰਮਾ ਨੇ ਗਾਇਆ ਹੋਇਆ, ਕਹਿੰਦਾ ਵੀ ਮੈਂ ਤੇਰੇ ਲਈ ਦੋ ਮਹੀਨੇ ਮੰਗਦੀ, ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੀ, ਯਾਰ ਵੀਰੇ ਬੜੀ ਘੈਂਟ ਲਿਖੀ ਹੈ ਯਾਰ, ਘੈਂਟ। ਹੋਰ ਕਿਸੇ ਬੰਦੇ ਦੀ ਮਾਨਤ ਦਾ ਕੰਮ ਤੇ ਨਹੀਂ ਹੋਵੇ ਯਾਰ, ਜਾਂ ਯਾਰ ਸਿੱਧੂ ਦੀ ਲਾਈਨ ਕਿੱਡੀ ਘੈਂਟ ਆ ਉਹ, ਮੈਂ ਤੇ ਅੰਮ੍ਰਿਤ ਨੂੰ ਸਾਨੂੰ ਬਹੁਤ ਵਧੀਆ ਲੱਗਦੀ ਆ, ਉਹ ਸੀਗੀ ਕਹਿੰਦਾ ਜਿਹੜੀ ਹੇਟਰ ਨਾਲ ਦੇਖੀ ਸਹੀ ਵਿਜ਼ਨ ਨਹੀਂ ਹੁੰਦੀ, ਵਾਕਈ ਵੀਰੇ ਜਿਹੜੀ ਹੇਟਰ ਨਾਲ ਦੇਖੀ ਸਹੀ ਵਿਜ਼ਨ ਨਹੀਂ ਹੁੰਦੀ, ਐਵੇਂ ਆ ਯਾਰ, ਐਵੇਂ ਚੱਲਦਾ ਯਾਰ, ਮੈਂ ਜਿਵੇਂ ਪਰਮੀਸ਼ ਮਿਲਦਾ ਯਾਰ, ਪਰਮੀਸ਼ ਹੁਣ ਯਾਰ ਮਿੱਤੇ ਨੀ ਯਾਰ ਨਿੰਦ ਹੁੰਦਾ ਬੰਦਾ, ਕੋਈ ਮੈਂ ਨਿੰਦ ਨੀ ਸਕਦਾ, ਮਿੱਤੇ ਨੀ ਯਾਰ ਨਿੰਦ ਹੁੰਦਾ, ਮਿੱਤੇ ਮੇਰੇ ਜੋਬ ਨੀ ਨਿੰਦਣਾ, ਮੈਂ ਗਾਣੇ ਲਿਖਣੇ ਨੇ, ਮੈਂ ਗਾਣੇ ਮੈਂ ਹੌਲਾ ਰਹਿਣਾ ਯਾਰ, ਰੱਖਣਾ ਮੈਂ ਹੁਣ ਮੈਂ ਇੰਟਰਵਿਊ ਕਰਕੇ ਹੌਲਾ, ਜਿਹਨਾਂ ਮੈਂ ਮਤਲਬ ਕਿ ਮੈਂ ਜੋ ਸੋਚਿਆ ਮੇਰੀ ਲਾਈਫ 'ਚ ਉਹ ਹੋ ਗਿਆ ਯਾਰ, ਬੇਬੀ ਬਾਈ ਬੇਬੀ, ਹੈ ਨਾ, ਬੇਬੀ ਭਾਅ ਜੀ ਹੋ ਯਾਰ, ਮੈਨੂੰ ਬੱਚਿਆਂ ਵਾਂਗ ਪਿਆਰ ਕਰਦੇ ਹਾਂ, ਮਤਲਬ ਕਿ ਇਹ ਗੱਲ ਆਪਾਂ ਜ਼ਿਆਦਾ ਲੰਬੀ ਨਹੀਂ ਲੈ ਕੇ ਜਾਣੀ, ਮੈਨੂੰ ਫਿਰ ਰੋਣਾ ਆ ਜਾਣਾ, ਹੈ ਨਾ, ਤਾਂ ਕਰਕੇ ਇੱਧਰਲੇ ਪਾਸੇ ਨੂੰ ਨਾ ਤੁਰੀਏ। ਅਗਲਾ ਕੁਸਚਨ, ਤੇ ਵੀਰੇ ਮੈਂ ਇੱਕ ਗੱਲ ਇਹ ਕਹਿ ਰਹੀ ਸੀ ਜੋ ਮੇਰੇ ਦਿਮਾਗ 'ਚ ਸੀ ਚੀਜ਼, ਵੀ ਜਿਵੇਂ ਹੁਣ ਐਵੇਂ ਜਿਵੇਂ ਤੁਸੀਂ ਤਾਰੀਫ ਕਰ ਰਹੇ ਹੋ ਸਾਰਿਆਂ ਦੀ, ਜੇ ਐਵੇਂ ਸਾਰੇ ਆਪਸ 'ਚ ਤਾਰੀਫ ਕਰਨ ਤਾਂ ਮੈਨੂੰ ਲੱਗਦਾ ਸ਼ਾਇਦ ਆਲੇ ਦੁਆਲੇ ਪੋਜ਼ਿਟਿਵਿਟੀ ਹੋਵੇ, ਤੇ ਇਨਸਾਨ ਕੋਈ ਮਾੜਾ ਹੀ ਨਹੀਂ ਜੱਟਾ, ਹਾਰਮੋਨਸ ਨੇ ਘਿਰੇ ਹੋਇਆ, ਮੈਂ ਜੇ ਤਾਰੀਫ ਕਰ ਰਿਹਾ ਮਿੱਤੇ ਵੀ ਰੁਕਿਆ ਨਹੀਂ ਜਾ ਰਿਹਾ, ਜਿਹੜਾ ਕੋਈ ਇੱਕ ਦੂਜੇ ਨੂੰ ਨਿੰਦ ਰਿਹਾ ਉਹ ਤੇ ਵੀ ਰੁਕਿਆ ਨਹੀਂ ਜਾ ਰਿਹਾ, ਉਸ ਤੇ ਵੀ ਰੁਕਿਆ ਨਹੀਂ ਜਾ ਰਿਹਾ, ਇਹ ਚੱਕਰ ਹੀ ਤੇਰੀ ਕਮੇਡੀ ਬੈਸਟ ਆ, ਤੂੰ ਮੱਚ ਚੱਲਦੀ ਕਮੇਡੀ, ਤੂੰ ਤੇਰੇ ਤੇਰਾ ਪੰਚ ਵੀ ਨਹੀਂ ਹੁੰਦਾ ਕਮੇਡੀ ਚੱਡਾ, ਪਰ ਉਹਦੇ ਬਾਵਜੂਦ ਵੀ ਹਾਸਾ ਹੁੰਦਾ ਪ੍ਰੋਪਰ, ਕਿਉਂਕਿ ਤੇਰੀ ਸਟਰੈਂਥ ਆ। ਮੇਰੇ ਦਿਮਾਗ ਚ ਜੋ ਗੱਲ ਹੈ ਸ਼ਾਇਦ ਸਾਰੇ ਪੰਜਾਬ ਦੇ ਦਿਮਾਗ ਚ ਵੀ ਉਹ ਗੱਲ ਹੋਵੇ ਜੋ ਮੈਨੂੰ ਲੱਗਦਾ, ਪਰ ਮੈਂ ਪਰਸਨਲੀ ਤੌਰ ਤੇ ਜੋ ਮੈਨੂੰ ਮੈਸੇਜਿਸ ਆਏ ਆ, ਮੈਨੂੰ ਸੀਗਾ ਕਿ ਹਾਂ ਉਹ ਕੁਸ਼ਚਨ ਮੈਂ ਪੁੱਛਣਾ ਹੀ ਪੁੱਛਣਾ, ਸਿੱਧੂ ਮੂਸੇਵਾਲਾ ਜੋ ਕਿ ਤੁਹਾਡਾ ਇੱਕ ਗੁੱਡ ਫਰੈਂਡ ਹੈ, ਮੈਂ ਜਿੱਥੇ ਤੱਕ ਸੁਣਿਆ ਆ, ਮੈਂ ਜਾਣਦਾ ਤੁਹਾਨੂੰ ਜਿੰਨੀ ਨਜ਼ਦੀਕੀਆਂ ਤੋਂ, ਹਾਂਜੀ, ਤੇ ਆਪਾਂ ਬੈਠੇ ਤੇ
ਉਹ ਉਹਨਾਂ ਨੇ ਗੀਤ ਚ ਤੁਹਾਡੇ ਬਾਰੇ ਐਵੇਂ ਕਿਉਂ ਬੋਲਿਆ? ਯਾਰ ਘੈਂਟ ਕੁਐਸਚਨ ਆ ਤੇਰਾ ਬਾਈ, ਗੌਰ ਨਾਲ ਸੁਣਿਓ ਯਾਰ ਗੱਲ, ਤੇ ਇਹ ਗੱਲ ਘੈਂਟ ਗੱਲ ਤੁਹਾਨੂੰ ਅੱਜ ਸਮਝਾਉਣੀ ਆ ਮੈਂ। ਯਾਰ ਜਦੋਂ ਪਹਿਲੀ ਵਾਰ ਤੂੰ ਮੈਨੂੰ ਮਿਲਿਆ ਮੈਂ, ਮੈਨੂੰ ਤੂੰ ਵਧੀਆ ਨਹੀਂ ਸੀ ਲੱਗਦਾ, ਮੈਂ 100 ਵਾਰ ਗੱਲ ਕਹੀ ਤੈਨੂੰ, ਮੈਨੂੰ ਗੋਲਡੀ ਕਹਿੰਦਾ ਹੁੰਦਾ ਸੀ, ਕਹਿੰਦਾ ਯਾਰ ਬੰਦਾ ਵਧੀਆ ਇਹਦੇ ਨਾਲ ਵਰਤ ਲਾ, ਮੈਂ ਯਾਰ ਮੈਨੂੰ ਇਹ ਤੂੰ ਵਧੀਆ ਨਹੀਂ ਲੱਗ ਰਿਹਾ, ਚਾਹੇ ਕਹਿ ਲਾ ਤੇਰਾ ਸਟਾਈਲ ਨਹੀਂ ਸੀ ਆਹ ਮੈਨੂੰ ਵਧੀਆ ਲੱਗਦਾ। ਉਹ ਜਿਹੜਾ ਹੌਲੀ ਹੌਲੀ ਜਿਹਾ ਤੇਰੇ ਨਾਲ ਵਰਤੇ, ਮੇਰੀ ਥਿੰਕਿੰਗ ਚੇਂਜ ਹੋਈ ਆ ਵੀ ਨਹੀਂ ਯਾਰ ਤਾਂ ਘੈਂਟ ਆ ਬੰਦਾ, ਜੇ ਅੱਜ ਇੰਟਰਵਿਊ ਕਰ ਰਹੇ ਹਾਂ, ਜੇ ਇੰਟਰਵਿਊ ਕਰ ਰਹੇ ਹਾਂ ਤਾਂ ਘੈਂਟ ਆ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਐਵੇਂ ਹੀ ਮੈਨੂੰ ਗੋਲਡ ਹੀ ਨਹੀਂ ਸੀ ਚੰਗਾ ਲੱਗਦਾ, ਆਪਣਾ ਗੋਲਡ ਗੋਲਡ ਹੀ ਦੇਸੀ ਕਰਾਂ, ਮੈਨੂੰ ਜਮਾ ਹੀ ਚੰਗਾ ਨਹੀਂ ਲੱਗਦਾ ਗੋਲਡੀ। ਮੈਂ ਸੱਤੇ ਨੂੰ ਬਹੁਤ ਵਾਰ ਕਿਹਾ ਮੈਨੂੰ ਕੱਢ ਟੀਮ ਚੋਂ, ਤੇ ਪਰਸੋਂ ਤੁਸੀਂ ਸਨੈਪਚੈਟ ਪਾਈ ਹੋਈ ਸੀ ਬੈਕਬੋਨ ਵਾਲੀ, ਅੱਗੇ ਤਾਂ ਬੋਲਣ ਦੇ। ਹਾਂਜੀ ਮਤਲਬ ਕਿ ਮੈਨੂੰ 9 ਸਾਲ ਲੱਗ ਗਏ ਗੋਲਡੀ ਨੂੰ ਜਾਣਨ ਖਾਤਰ, ਜੇ ਮੈਂ ਅੱਜ ਇਹ ਸਟੇਟਮੈਂਟ ਦੇ ਰਿਹਾ ਵੀ ਮੈਂ ਆਪਣੀ ਲਾਈਫ 'ਚ ਗੋਲਡੀ ਤੋਂ ਵਧੀਆ ਬੰਦਾ ਹੀ ਨਹੀਂ ਦੇਖਿਆ ਯਾਰ, ਮੈਨੂੰ ਸਾਹਿਬ 'ਚ ਕਮੀਆਂ ਨੇ, ਮੇਰੇ 'ਚ ਵੀ ਨੇ, ਬਹੁਤ ਕਮੀਆਂ ਹੋਣਗੀਆਂ ਯਾਰ, ਪਰ ਮੈਂ ਸੱਚੀ ਕਹਿਣਾ ਯਾਰ ਮੈਨੂੰ ਗੋਲਡੀ ਜਿੰਨਾ ਨਿਰਮਲ ਬੰਦਾ ਅੱਜ ਤੱਕ ਨਹੀਂ ਮਿਲਿਆ, ਜਿੱਦਣ ਮਿਲ ਗਿਆ ਗੋਲਡੀ ਨੂੰ ਬਣਾਉਂਦਾ ਵੀ ਆ ਜਾ ਧਾਨਾ ਜਿਹੜੀ ਮਾਂ ਹੋ ਜਿਹਨੇ ਗੋਲਡੀ ਪੈਦਾ ਕਰਿਆ। ਏਦਾਂ ਹੀ ਜਦੋਂ ਇੱਕ ਬੱਚਾ ਗਾਣੇ ਲਿਖਦਾ ਹੈ ਨਾ, ਸਿੱਧੂ ਜਦੋਂ ਸਟਾਰਟਿੰਗ ਦੇ ਵਿੱਚ, ਮਤਲਬ ਉਹਨੇ ਅਸੀਂ ਆਪ ਵੀ ਇਹ ਗੱਲ ਸ਼ੇਅਰ ਕੀਤੀ ਹੋਈ ਆ, ਪਹਿਲੀ ਮੁਲਾਕਾਤ 'ਚ ਉਹਨੇ ਸ਼ੇਅਰ ਕਰਤੀ, ਤੇ ਉਹਨਾਂ ਦਿਨਾਂ 'ਚ ਉਹਨੂੰ ਲੱਗਦਾ ਹੋਊਗਾ ਉਹਨੂੰ ਨਹੀਂ ਵਧੀਆ ਲੱਗਦਾ ਹੋਣਾ, ਉਹਨੇ ਲਾਈਨ ਪਾ ਦਿੱਤੀ ਵੀ ਆਏ ਹੈ ਨਾ, ਉਹ ਸਾਈਕੀ ਆ ਯਾਰ, ਕੁਛ ਵੀ ਲਿਖ ਸਕਦਾ ਬੰਦਾ, ਕੋਈ ਆਏ ਥੋੜ੍ਹਾ ਨਾ ਕੋਈ ਕਿਸੇ ਨੂੰ ਵੀ। ਹੁਣ ਉਹ ਜਦੋਂ ਅਸੀਂ ਮਿਲੇ ਹੈ ਨਾ, ਪਹਿਲੀ ਗੱਲ ਤਾਂ ਯਾਰ ਉਹਦੀ ਇਹ ਬਹੁਤ ਮੈਨੂੰ ਘੈਂਟ ਲੱਗੀ ਗੱਲ ਸਿੱਧੂ ਦੀ ਵੀ ਯਾਰ ਉਹਨੇ ਆਪ ਆਇਆ ਉਹ, ਫਿਰ ਮੁੰਡੇ ਮੁੰਡੇ ਬਾਹਲੇ ਨਹੀਂ ਲੈ ਕੇ ਆਇਆ, ਤੇ ਜਿਵੇਂ ਤੇ ਜਦੋਂ ਆਇਆ ਉਹ ਆਉਣ ਤੋਂ ਬਾਅਦ ਮੰਨ ਲਓ ਅਸੀਂ ਮਿਲੇ, ਮਿਲਣ ਤੋਂ ਬਾਅਦ ਸਾਡਾ ਇੱਕ ਮਿੱਤਰਤਾ ਵਾਲਾ ਸਿਸਟਮ ਬਣ ਗਿਆ ਆਪਸ 'ਚ, ਸਾਨੂੰ ਇੱਕ ਦੂਜੇ ਨੂੰ ਗੁੱਡ ਵਾਈਬ ਆਉਣ ਲੱਗ ਗਈ, ਮੁਲਾਕਾਤਾਂ ਵੱਧ ਗਈਆਂ ਹੈ ਨਾ, ਉਹ ਸਤਿਕਾਰ ਉਹਨੇ ਮੈਨੂੰ ਪਰਖਿਆ ਹੋਣਾ ਜਾਂ ਹੈ ਉਹ ਮੈਨੂੰ ਸਤਿਕਾਰ ਲੱਗ ਗਿਆ ਦੇਣ, ਤੇ ਮੈਂ ਇੱਧਰੋਂ ਜਿਵੇਂ ਇੱਕ ਕਮਾਂਡ ਬੰਦਾ ਹੁੰਦਾ ਹੈ ਨਾ, ਮੈਂ ਸਾਡੇ ਜਾਣੀ ਰੋਜ਼ ਗੱਲ ਹੁੰਦੀ ਸੀ ਵਧੀਆ ਲੈਵਲ 'ਤੇ, ਤੇ ਸਾਡੀ ਇਹ ਵੀ ਗੱਲ ਹੋ ਰਹੀ ਆ ਹੁਣ ਇਹਨਾਂ ਦਿਨਾਂ 'ਚ ਵੀ ਹੈ ਨਾ ਵੀ ਜਿਹੜੇ ਤੁਹਾਡੇ ਗਾਣੇ ਆ ਵੀ ਆਪਾਂ ਨੂੰ ਹੁਣ ਇਹਨਾਂ ਨੂੰ ਇਹਨਾਂ ਦਾ ਟ੍ਰੀਟਮੈਂਟ ਵਧੀਆ ਕਰਦੇ ਹਾਂ, ਵੀ ਵਧੀਆ ਟ੍ਰੀਟਮੈਂਟ ਲੈ ਕੇ ਆ ਵੀ ਹੋਰ ਵੀ ਵਧੀਆ ਕੁਛ ਵਧੀਆ ਜਿਹਾ ਕਰਕੇ, ਮਤਲਬ ਏਦਾਂ ਅਸੀਂ ਇੱਕ ਦੂਜੇ ਨਾਲ ਐਵੇਂ ਵਰਤ ਰਹੇ ਹਾਂ, ਤੇ ਦੁਖਾਂਤ ਇਹ ਆ ਵੀ ਉੱਧਰ ਇਹ ਐਕਸੀਡੈਂਟ ਹੋ ਗਿਆ, ਉਹਦਾ ਗਾਣਾ ਲੀਕ ਹੋ ਗਿਆ ਕਿਉਂਕਿ ਓਫੀਸ਼ੀਅਲੀ ਉਹਨੇ ਪਾਇਆ ਨਹੀਂ ਨਾ। ਓਕੇ ਓਕੇ ਓਕੇ। ਓਫੀਸ਼ੀਅਲੀ ਜਦੋਂ ਜਿਹੜਾ ਗਾਣਾ ਆਇਆ ਉਹਦੇ 'ਚ ਯਾਤਰਾ ਹੈ ਨਹੀਂ, ਠੀਕ ਹੈ ਜੀ, ਉਹ ਲੀਕ ਹੋ ਗਿਆ। ਹੁਣ ਯਾਰ ਬਾਠ ਨੂੰ ਤਾਂ ਪਤਾ ਨਾ ਵੀ ਬੰਦਾ ਵਧੀਆ, ਉਹ ਤੇ ਹੋ ਗਿਆ ਯਾਰ, ਦੂਜੇ ਦਿਨ ਸਵੇਰੇ ਉਹ ਵਿਚਾਰਾ ਦੁੱਖ ਦਾ ਪ੍ਰਗਟਾਵਾ ਵੀ ਕਰ ਰਿਹਾ ਮੇਰੇ ਕੋਲ। ਓਕੇ ਯਾਰ ਇਹ ਤੋਂ ਘੈਂਟ ਕੀ ਆ ਨਾ ਵੀਰੇ, ਗੁੱਡਾ ਯਾਰ, ਕੱਲ ਵੀ ਇਕੱਠੇ ਸੀ, ਅੱਜ ਵੀ ਇਕੱਠੇ ਆ, ਕੱਲ ਨੂੰ ਵੀ ਇਕੱਠੇ ਸੀ। ਵਾਹ ਜੀ, ਅਗਲਾ ਕੁਸਚਨ ਲੈਟ ਦਾ। ਇੱਕ ਚੀਜ਼ ਵੀਰੇ ਮੈਂ ਪੁੱਛਣਾ, ਤੁਹਾਡਾ ਜਿਹੜਾ ਮੇਰਾ ਪੰਜਵਾਂ ਕੁਸਚਨ ਹੈ, ਤੁਹਾਡਾ ਕੋਈ ਕੰਟੈਕਟ ਕਿਉਂ ਨਹੀਂ ਕਿਸੇ ਪੇਜ ਤੇ? ਯਾਰ ਜਿਵੇਂ ਨਾ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਤੁਹਾਡੇ ਬੱਲੇ 'ਚ ਜਾਣ ਚਾਹੀਦੀ, ਦੇਖੋ ਮੈਂ ਯਾਰ ਕਿਸੇ ਗਾਣਾ ਲੈ ਕੇ ਨਹੀਂ ਜਾ ਸਕਦਾ ਕਿਸੇ ਕੋਲ, ਇਹਨੂੰ ਚਾਹੇ ਮੇਰੀ ਸਟਰੈਂਥ ਕਹਿ ਲਓ, ਚਾਹੇ ਤੁਸੀਂ ਵੀਕਨੈਸ ਕਹਿ ਲਓ, ਹੈ ਨਾ, ਹੋ ਸਕਦਾ ਵੀਕਨੈਸ ਹੀ ਹੋਵੇ ਯਾਰ, ਉਹੀ ਮੈਂ ਘੈਂਟ ਬਣੀ ਗਿਆ ਵਾਂ, ਤੇ ਉਹ ਹੁਣ ਮੈਨੂੰ ਇਹ ਹੁੰਦਾ ਵੀ ਗਾਣਾ ਹੀ ਮੈਂ ਇੰਨਾ ਤੁੰਨ ਕੇ ਲਿਖਣਾ, ਮੈਂ ਇੰਨੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਵੀ ਲੋਕ ਮੈਂ ਗਾਣਾ ਲਿਖਦਾ ਉਹ ਲਿਖਦਾ ਬਾਅਦ 'ਚੋਂ ਪਹਿਲਾਂ ਵਿਕ ਜਾਂਦਾ, ਮੈਂ ਇੱਥੇ ਵਿਕ ਲਫ਼ਜ਼ ਯੂਜ਼ ਕਰੂੰਗਾ ਕਿਉਂਕਿ ਯਾਰ ਮੇਰੀ ਰੋਜ਼ੀ ਰੋਟੀ ਆ, ਮੈਂ ਗਾਣੇ ਵੇਚਦਾ ਹੈ ਨਾ। ਦੂਜੀ ਗੱਲ ਯਾਰ, ਮੈਂ ਕਾਫੀ ਟਾਈਮ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ ਜਦੋਂ ਉਹ ਕੁੜੀ ਦੇ ਗੋਲੀ ਵੱਜੀ ਸੀ ਆਪਣੇ ਬਠਿੰਡੇ, ਹਾਂ, ਮੈਂ ਹਥਿਆਰ ਵਾਲੇ ਗਾਣੇ ਉਦੋਂ ਬੰਦ ਕਰਤੇ, ਬਿਲਕੁਲ ਹਥਿਆਰ ਵਾਲੇ ਗਾਣੇ ਬੰਦ ਕਰਨ ਤੇ ਬਾਅਦ ਮੈਨੂੰ ਰੁਪਿੰਦਰ ਹਾਂਡਾ ਤੇ ਦਿਲਪ੍ਰੀਤ ਦੀ ਕਾਲ ਆਈ, ਮਤਲਬ ਮੈਂ ਥੈਂਕ ਯੂ ਯਾਰ ਤੁਹਾਡਾ, ਤੁਸੀਂ ਹੈ ਨਾ ਮੇਰੇ ਬਾਰੇ ਸੋਚਿਆ ਸਹੀ ਘੱਟੋ ਘੱਟ, ਇਹ ਦੋ ਜਾਣੇ ਮੈਨੂੰ ਕਹਿੰਦੇ ਕਹਿੰਦੇ ਵੀ ਹਜੇ ਇੰਨੇ ਬੰਦਿਆਂ ਨੇ ਨਹੀਂ ਦੇਖੀ ਪੋਸਟ ਹੈ ਨਾ ਵੀਰੇ ਤੁਹਾਡੀ, ਵੀ ਤੁਸੀਂ ਡਿਲੀਟ ਕਰ ਦਿਓ, ਵੀ ਤੁਸੀਂ ਜ਼ਿਆਦਾ ਬੜੀ ਸਟੇਟਮੈਂਟ ਦੇ ਬੈਠੇ। ਓਕੇ, ਵੀ ਕਿਉਂਕਿ ਉਹਨਾਂ ਦਿਨਾਂ 'ਚ ਮੇਰੇ ਸਿਰ ਕਰਜ਼ਾ ਬਹੁਤ ਸੀ, ਇੱਕ ਸਟੋਰੀ ਹੋਰ ਵੀ ਹੈ ਵਿੱਚ, ਮੇਰੇ ਨਾਲ ਠੱਗੀ ਲੱਗ ਗਈ ਸੀ 80 ਲੱਖ ਦੀ, ਮਤਲਬ ਕਿ ਉਹਨਾਂ ਦਿਨਾਂ 'ਚ ਮੈਂ ਬੜਾ ਜ਼ਿਆਦਾ ਡਿਪਰੈਸ਼ਨ 'ਚ ਸੀਗਾ, ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀਗਾ ਉਹਨਾਂ ਦਿਨਾਂ ਦੇ ਵਿੱਚ, ਜਿਹੜੇ ਬੰਦੇ ਨੇ ਠੱਗੀ ਲਾਈ ਮੈਂ ਉਹਦਾ ਕਸੂਰ ਨਹੀਂ ਮੰਨਦਾ, ਤੂੰ ਡਰਨਾ ਹੋਏ ਤੈਨੂੰ ਨਹੀਂ ਦਿੰਦਾ, ਜਿਹੜੇ ਬੰਦੇ ਨੇ ਮੇਰੇ ਨਾਲ ਠੱਗੀ ਲਾਈ ਉਹਦੀ ਜੌਬ ਸੀ ਠੱਗੀ ਲਾਉਣਾ, ਮੇਰੀ ਗਲਤੀ ਸੀ ਲਾਲਚ ਤਾਂ ਲੱਗ ਗਈ ਨਾ ਡਨ। ਯਾਰ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਮੈਂ ਉਹ ਕਰਜ਼ਾ ਵੀ ਲਾਹਤਾ, ਮੈਂ ਜਿਉਂਦਾ ਵੀ ਰਹਿ ਗਿਆ। ਇੱਕ ਟਾਈਮ ਏਦਾਂ ਦਾ ਆ ਗਿਆ ਸੀ ਮੇਰੀ ਲਾਈਫ 'ਚ ਵੀ ਮੈਂ ਆਪਣੇ ਯਾਰ ਦੋਸਤ ਦਾ ਵੈਪਨ ਘਰੇ ਰੱਖਣ ਲੱਗ ਗਿਆ ਸੀ, ਮੈਂ ਸੁਸਾਈਡ ਕਰ ਲੈਣੀ ਕਿਸੇ ਟਾਈਮ। ਓ
ਮੈਂ ਮਤਲਬ ਕਿ ਪ੍ਰਦੀਪ ਜੀੜ ਮੇਰਾ ਫਰੈਂਡ ਆ, ਮੈਂ ਉਹਨਾਂ ਫੋਨ ਤੇ ਕਾਫੀ ਟਾਈਮ ਲੱਗਿਆ ਰਹਿਣਾ ਵੀ ਯਾਰ ਪ੍ਰਦੀਪ ਅੱਜ ਤਾਂ ਮਿਲ ਕੇ ਮਿਲੂ, ਚੱਲ ਮਰਨਾ ਤਾਂ ਹੈ ਹੀ ਵੀ ਹੜਾ ਰੁਕ ਜਾਓ, ਮਹੀਨੇ ਕੁ ਤੱਕ ਮਰਦੇ ਆ, ਮਹੀਨਾ ਬੱਚਿਆਂ ਚ ਰਹਿੰਦੀ ਹੋਰ। ਅੱਛਾ ਤੁਹਾਡੇ ਦਿਮਾਗ ਚ ਐਸੇ ਥੋਟ ਆਉਣ ਲੱਗ ਗਏ, 80 ਲੱਖ ਦਾ ਕਰਜ਼ਾ ਹੋਵੇ ਸਰ ਤੇ ਜ਼ਮੀਨਾਂ ਦਾ ਰੇਟ ਡਾਊਨ ਆ ਜਾਣ, ਜੱਟ ਕੀ ਕਰੂ, ਮਰੂ ਤੇ ਇਹ ਉਹਨਾਂ ਦਿਨਾਂ ਦੀ ਗੱਲ ਆ ਹਨਾ। ਤੇ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਮੈਂ ਜਿਹੜਾ ਕਿਸੇ ਪੇਜ ਤੇ ਕੋਈ ਕੰਟੈਕਟ ਨਹੀਂ, ਮੇਰੀ ਏਜ ਵੀ ਯਾਰ 40 ਵੱਲ ਨੂੰ ਜਾ ਰਹੀ ਆ ਤੇ ਉਹਦੇ ਬਾਵਜੂਦ ਵੀ ਮੈਂ ਚੱਲ ਰਿਹਾ ਹਨਾ, ਵੀ ਹੋਰ ਕੀ ਚਾਹੀਦਾ ਯਾਰ। ਨਹੀਂ ਪਰਮਾਤਮਾ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਬਾਹ ਫੜੀ ਹੈ। ਹਾਂ ਉਹਦਾ ਕਾਰਨ ਗੀਤਕਾਰ ਵੀਰ, ਜਿਹੜੇ ਗੀਤਕਾਰ ਭਰਾ ਮੈਨੂੰ ਸੁਣ ਰਹੇ ਨੇ, ਉਹਦਾ ਕਾਰਨ ਸਿਰਫ ਇਹੀ ਆ ਵੀ ਬਾਹਰ ਮਾੜਾ ਨਹੀਂ ਹੈਗਾ ਯਾਰ, ਉਹਦੇ ਕਰਕੇ ਮੈਨੂੰ ਮੈਂ ਰੁਕੇ ਨਹੀਂ ਸਕਦਾ। ਮੈਨੂੰ ਦੇਖੋ ਮੇਰਾ ਦਿਲ ਇਹ ਕਹਿੰਦਾ ਵੀ ਮੈਂ ਬੋਂਬੇ ਜਾਣਾ ਆ, ਬੋਂਬੇ ਜਾ ਕੇ ਮੇਰੇ ਮਨ ਚ ਇੱਕ ਕੁਐਸਚਨ ਚੱਲਦਾ ਵੀ ਸਾਹਿਬ ਲੁਧਿਆਣਾ ਵੀ ਜੀ ਤੇ ਆਨੰਦ ਬਖਸ਼ੀ ਸਾਹਿਬ ਤੋਂ ਬਾਅਦ ਕਾਹਤੇ ਕਿਸੇ ਪੰਜਾਬ ਦੇ ਬੰਦੇ ਦਾ ਐਡਾ ਪੱਤਾ ਨਹੀਂ ਪਿਆ ਹਨਾ। ਹੋ ਸਕਦਾ ਮੈਂ ਉੱਥੇ ਜਾ ਕੇ ਫੇਲ ਹੋ ਜਾਵਾਂ, ਹੋ ਸਕਦਾ ਮੈਂ ਉੱਥੋਂ ਨਿਰਾਸ਼ ਹੋ ਕੇ ਮੁੜਿਆ ਵਾਂ ਹਨਾ, ਇਹ ਹੋ ਸਕਦਾ, ਪਰ ਕਰਮ ਕਰ ਫਲ ਕੀ ਇੱਛਾ ਮਤ ਰੱਖ, ਐਫਰਟ ਕਰਨਾ ਮੇਰਾ ਫਰਜ਼ ਹੈ। ਜੇ ਮੈਂ ਉੱਥੋਂ ਹਾਰ ਕੇ ਵੀ ਆਇਆ ਬਾਈ ਦੇਵੇ ਤਾਂ ਵੀ ਮੈਂ ਆ ਕੇ ਇੰਟਰਵਿਊ ਚਾਈ ਚਾਈ ਦੱਸੂਗਾ ਵੀ ਉੱਥੇ ਮੇਰੇ ਨਾਲ ਆਹ ਆਹ ਹੋਇਆ, ਆਹ ਆਹ ਸਿਸਟਮ ਸੀ, ਜੇ ਮੈਂ ਕਾਮਯਾਬ ਹੋ ਗਿਆ ਤਾਂ ਵੀ ਇੰਟਰਵਿਊ ਕਰੂੰਗਾ ਹਨਾ। ਐਵੇਂ ਐਵੇਂ ਮੇਰੀ ਥਿਊਰੀ ਆ ਯਾਰ, ਇਹ ਸਾਰੀ ਮੈਂ ਗੱਲਾਂ ਗੀਤਕਾਰ ਬਾਈਆਂ ਨੂੰ ਕਹਿ ਰਿਹਾ ਵੀ ਗੀਤਕਾਰ ਭਰਾਵੋ ਤੁਸੀਂ ਚੰਗਿਆਈ ਨਹੀਂ ਛੱਡਣੀ ਯਾਰ। ਇੱਕ ਸ਼ੇਅਰ ਆ ਜਾ ਖੜਦਾ, ਇੱਕ ਮਿੰਟ ਮੇਰਾ ਲਿਖਿਆ ਹੋਇਆ ਸ਼ੇਅਰ ਹਨਾ, ਇਹਦੇ ਕਾਪੀ ਰਾਈਟਸ ਮੇਰੇ ਕੋਲ ਨੇ, ਉਹ ਚੱਕਰਾਂ ਦੇ ਨਾ ਭਰਾ ਦਿਓ ਅੜ ਜੂ। ਤੇ ਕਹਿੰਦਾ ਮੈਂ ਪਾਪ ਤੋਂ ਐਵੇਂ ਡਰਦਾ, ਮੈਂ ਪਾਪ ਤੋਂ ਐਵੇਂ ਡਰਦਾ ਜਿਵੇਂ ਹਿਰਨ ਤੀਰ ਤੋਂ ਤੇ ਸ਼ੇਰ ਤਰਸ ਤੋਂ। ਜੇ ਸ਼ੇਰ ਤਰਸ ਕਰੂਗਾ ਖਾਊਗੀ ਭੁੱਖਾ ਮਰੂਗਾ। ਵੀਰੇ ਮੇਰਾ ਅਗਲਾ ਕੁਸ਼ਚਨ ਇਹ ਆ, ਉਹ ਕੌਣ ਹੈ ਫੀਮੇਲ ਜਿਹਦਾ ਤੁਹਾਡੀ ਤਰੱਕੀ ਚ ਹੱਥ ਹੈ, ਕੋਈ ਹੈ ਐਵੇਂ ਦਾ ਜਿਹਨੂੰ ਤੁਸੀਂ ਮੰਨਦੇ ਹੋ ਵੀ ਜਿਹਨਾਂ ਨੇ ਤੁਹਾਨੂੰ ਤਰੱਕੀ ਦੇ ਰਾਹ ਤੇ ਲਿਆ ਕੁਛ? ਯਾਰ ਮਾਵਾਂ ਬਿਨਾਂ ਪੁੱਤਾਂ ਦੀ ਕਮਾਈ ਕਿਸ ਕੰਮ ਦੀ, ਬਾਠਾਂ ਵਾਲੇ ਬਾਠਾ ਇਹ ਚੜ੍ਹਾਈ ਕਿਸ ਕੰਮ ਦੀ। ਪਰ ਇੱਥੇ ਮੈਂ ਜ਼ਿਕਰ ਇੱਕ ਐਸੀ ਸ਼ਖਸੀਅਤ ਦਾ ਕਰ ਰਿਹਾ, ਉਹ ਆ ਮੇਰੀ ਵਾਈਫ, ਮੇਰੀ ਲਾਈਫ ਲਾਈਨ, ਮੇਰੀ ਜ਼ਿੰਦਗੀ, ਮਨਪ੍ਰੀਤ, ਕਿਉਂਕਿ ਲਵ ਯੂ ਜੱਟੀ। ਤੇ ਕਿਉਂਕਿ ਯਾਰ ਉਹਨੇ ਨਾ ਮੈਨੂੰ ਘਰ ਦੇ ਕੰਮਾਂ 'ਚ ਰੁੱਝਣ ਨਹੀਂ ਦਿੱਤਾ ਕਦੇ ਵੀ। ਉਹ ਮਤਲਬ ਕਿ ਮੈਂ ਜਦੋਂ ਘਰੇ ਜਾਂਦਾ ਤਾਂ ਮੈਨੂੰ ਜਮਾਂ ਹੀ ਨਹੀਂ ਪਤਾ, ਮੈਨੂੰ ਯਾਰ ਮੇਰੇ ਬੱਚਿਆਂ ਦੀ ਡੇਟ ਆਫ ਬਰਥ ਨਹੀਂ ਪਤਾ, ਮੇਰਾ ਧਿਆਨ ਨਹੀਂ ਜਾਂਦਾ, ਨਾ ਮੈਨੂੰ ਮੇਰੀ ਮੈਰਿਜ ਐਨਵਰਸਰੀ ਪਤਾ, ਮੈਨੂੰ ਸਿਰਫ ਮੇਰੀ ਡੇਟ ਆਫ ਬਰਥ ਪਤਾ, ਕਿਉਂਕਿ ਵਾਰ ਵਾਰ ਲਿਖਣ ਕਰਕੇ ਮੇਰੇ ਯਾਦ ਹੋ ਗਈ। ਇੰਨੀਆਂ ਗਲਤੀਆਂ ਆਉਣ ਦੇ ਬਾਵਜੂਦ ਵੀ ਮਾਰੇ ਮੇਰੇ ਨਾਲ ਕੱਟ ਰਹੀ ਹੈ ਤਾਂ ਘੈਂਟ ਯਾਰ। ਤੇ ਮੇਰਾ ਵੀਰੇ ਸੱਤਵਾਂ ਕੁਸ਼ਚਨ ਇਹ ਹੈ ਕਿ ਜੇ ਤੁਸੀਂ ਗੀਤਕਾਰ ਨਾ ਹੁੰਦੇ ਤਾਂ ਕੀ ਹੁੰਦੇ? ਜੇ ਮੈਂ ਗੀਤਕਾਰ ਨਾ ਹੁੰਦਾ ਵੀਰੇ ਯਾਰ, ਜਾਂ ਮੈਂ ਗੈਂਗਸਟਰ ਹੁੰਦਾ ਜਾਂ ਫਿਰ ਮੈਂ ਕੋਈ ਰਿਸ਼ੀ ਮੁਨੀ ਹੁੰਦਾ, ਮੈਨੂੰ ਇਹ ਲੱਗ ਰਿਹਾ। ਤੁਸੀਂ ਆਪਣਾ ਥੋਟ ਦੱਸਿਆ ਵੀ ਹਾਂ ਵੀ ਕੁਛ ਵੀ ਹੋ ਸਕਦਾ ਸੀ, ਮੇਰੇ ਅੰਦਰ ਅੱਗ ਸੀਗੀ, ਮਤਲਬ ਕਿ ਪਹਿਲਾਂ ਮੈਂ ਤੁਰਿਆ ਸੀ ਦੂਜੇ ਦਾ ਨੂੰ ਗੈਂਗਸਟਰ ਵਾਲੇ ਨਹੀਂ, ਮਤਲਬ ਕਿ ਗਲਤੀ ਹੋ ਗਈ ਭਾਈ ਉਸ ਟਾਈਮ ਦੇ ਵਿੱਚ। ਅਸੀਂ ਨਾ ਇੱਕ ਵਧੀਆ ਮੁੰਡਾ ਯਾਰ ਹੈ ਨਾ ਬੇਚਾਰਾ, ਉਮਰ ਦੱਸ ਦੋ ਵੀਰੇ ਕਦੋਂ ਦੀ ਗੱਲ ਹੈ? ਪਲੱਸ ਟੂ ਤੋਂ ਬਾਅਦ ਦੀ, ਪਲੱਸ ਟੂ ਤੋਂ ਬਾਅਦ। ਤੇ ਯਾਰ ਹੁਣ ਉਹਦੇ ਨਾਲ ਬੰਦੇ ਨੂੰ ਸਾਡੀ ਵਧੀਆ ਹੈ ਨਾ, ਉਦੋਂ ਯਾਰ ਸਾਤੇ ਗਲਤੀ ਕਰੂਗੀ ਵੀਰੇ ਯਾਰ, ਸੋਰੀ ਭਰਾ ਹੈ ਨਾ, ਉਹਨਾਂ ਦੇ ਨਾਲ ਗਲਤੀ ਕਰੂੰਗੀ ਯਾਰ, ਅਕਲ ਨਹੀਂ ਸੀ ਵੀਰੇ। ਤੇ ਯਾਰ ਅਸੀਂ ਨਾ ਮੁੰਡੇ ਨਾਲ ਵੱਧ ਘੱਟ ਹੋ ਗਏ, ਉਹ ਮੁੰਡਾ ਸੀ ਤਕੜੇ ਘਰ ਦਾ। ਅੱਛਾ ਜੀ। ਉਹਨੇ ਸਾਡੀਆਂ ਛਾਲਾਂ ਚੁਕਾ ਦੀ, ਨਾ ਸੁਣਾ ਦਿੱਤਾ। ਉਹਦੇ ਬਾਅਦ ਯਾਰ ਜੁੱਗ ਪਤਾ ਕੀ ਹੋਇਆ ਭਰਾ, ਚਲੋ ਪੁਲਿਸ ਤਾਂ ਪਹਿਲਾਂ ਵੀ ਘਰੇ ਜਾਂਦੀ ਸੀ ਹੈ ਨਾ, ਤੇ ਜਦੋਂ ਫੀਲ ਆਇਆ ਵੀ ਯਾਰ ਇਹ ਕੰਮ ਨਹੀਂ ਯਾਰ ਠੀਕ, ਵੀ ਆਪਾਂ ਕਿਸੇ ਹੋਰ ਕੰਮ ਲਈ ਬਣੇ, ਜਦੋਂ ਮੈਨੂੰ ਫੀਲ ਆਇਆ ਪਹਿਲੀ ਵਾਰ, ਮੈਨੂੰ ਮੇਰੀ ਮਾਂ ਦਾ ਫੋਨ ਆਇਆ ਦੀਦੀ ਦਾ, ਕਹਿੰਦੀ ਮੇਰਾ ਸੂਰਮਾ ਪੁੱਤ ਕਿੱਥੇ ਆ? ਮੈਂ ਕਿਹਾ ਹੋ ਗਿਆ ਭਾਈ ਤੂੰ? ਅੱਛਾ। ਮੈਂ ਕਿਹਾ ਯਾਰ ਯਾਰ ਕਿਹੜਾ ਕੰਮ ਹੋਇਆ? ਕੰਮਾਂ ਚੋਂ ਕੰਮ ਹੋਈ, ਚਲੋ ਘਰ ਕੱਤਰ ਗਏ, ਉਹ ਪਰਚਾ ਜਾਣੀ ਕਿ ਅਸੀਂ 57 ਵਾਲਾ ਬਣਾਤਾ, ਮਤਲਬ ਕਿ ਬਣ ਗਿਆ, ਰਹਿ ਗਿਆ ਉੱਥੇ ਤੱਕ ਚਲਿਆ ਗਿਆ। ਹੁਣ ਇੱਥੇ ਇੱਕ ਬੰਦਾ ਮੇਰੀ ਜ਼ਿੰਦਗੀ 'ਚ ਆਉਂਦਾ, ਮੁਨਸ਼ੀ ਅਵਤਾਰ।